ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਬਾਜ਼ਾਰ ਸਰਾਫਾ ਬਾਜ਼ਾਰ 'ਚ ਚੜ੍ਹਦੀ ਸਵੇਰੀ ਡਾਕਾ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਦੱਸਿਆ ਜਾ ਰਿਹਾ ਕਿ ਲੁਟੇਰੇ ਦੁਕਾਨ ਤੋਂ ਵੱਡੀ ਮਾਤਰਾ 'ਚ ਸੋਨਾ ਅਤੇ ਚਾਂਦੀ ਸਮੇਤ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਜਿਵੇਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਅਧਿਕਾਰੀ ਅਤੇ ਥਾਣਾ ਸਿਟੀ ਦੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਅੱਜ ਸਵੇਰੇ ਸ਼੍ਰੀ ਨਾਥ ਟੰਚ ਨਾਮ ਦੀ ਦੁਕਾਨ 'ਤੇ ਅੱਜ ਸਵੇਰੇ 8:30 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ ਅਤੇ ਦੁਕਾਨ 'ਚ ਮੌਜੂਦ ਵਿਅਕਤੀ ਨੂੰ ਬੰਧਕ ਬਣਾ ਕੇ 1 ਕਿਲੋ ਸੋਨਾ ਚਾਂਦੀ ਸਮੇਤ 23 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਦੁਕਾਨ ਦਾ ਮਾਲਕ ਆਪਣੇ ਪਿੰਡ ਗਿਆ ਹੋਇਆ ਹੈ ਅਤੇ ਇਹ ਘਟਨਾ ਉਸਦੇ ਕਰਿੰਦੇ ਦੇ ਨਾਲ ਵਾਪਰੀ ਹੈ ਅਤੇ ਲੁਟੇਰੇ ਦੁਕਾਨ ਦਾ DVR ਵੀ ਉਤਾਰ ਕੇ ਨਾਲ ਹੀ ਲੈ ਗਏ। ਇਹ ਦੂਜੇ ਪਾਸੇ DSP ਅਮਰਨਾਥ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ 'ਚ ਲੱਗੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸ਼ਰਮਾ ਜੀ, ਪਤਾ ਲੱਗਾ ਵੀ ਤੁਹਾਡੀ ਮਾਰਕੀਟ 'ਚ ਕੋਈ ਲੁੱਟ ਦੀ ਵਾਰਦਾਤ ਹੋਈ, ਕੀ ਹੈ ਇਹ ਪੂਰਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੋਵੇ? ਅੱਜ ਸਵੇਰੇ ਤਕਰੀਬਨ ਮੈਂ ਆਪਣੇ ਘਰੋਂ 10 ਵਜੇ ਨਿਕਲਿਆ ਸੀਗਾ। ਜਿਵੇਂ ਮੈਂ ਬਾਜ਼ਾਰ 'ਚ ਪਹੁੰਚਿਆ ਤਾਂ ਕਾਫੀ ਇੱਥੇ ਰਸ਼ ਸੀਗਾ, ਆਪਣੇ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ। ਜਿਵੇਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲਬਾਤ ਹੋਈ, ਕਹਿੰਦੇ ਜੀ ਇੱਦਾਂ ਤਾਂ ਆਪਣੇ ਟੰਚ ਵਾਲੇ ਦੇ ਨਾ ਵਾਰਦਾਤ ਹੋ ਗਈ ਹੈ ਸਵੇਰੇ 8:15 ਵਜੇ ਦੀ ਗੱਲ। ਮੈਂ ਕਿੱਦਾਂ ਵਾਰਦਾਤ ਹੋਈ? ਕਹਿੰਦੇ 2 ਬੰਦੇ ਸੀਗੇ ਅੰਦਰ ਕੰਮ ਕਰ ਰਿਹਾ ਸੀਗਾ, ਅੰਦਰ ਉਹਨੇ ਆਪਣੇ ਸਫਾਈ ਨੂੰ ਕਰਕੇ ਪੇਟੀ ਲਈ ਖੋਲੀ ਹੋਈ ਸੀਗੀ ਤਾਂ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ, ਉਹਨੇ ਆਪਣਾ ਮੈਡਲ ਦਿੱਤਾ, ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਖੋਲ੍ਹਣਾ ਹੈਗਾ, ਪਰ ਉਹਨੇ ਕਿਸੇ ਨਾਲ ਗੱਲਬਾਤ ਕਰਾਈ ਕਿ ਹਾਂਜੀ ਗੱਲਬਾਤ ਨਹੀਂ ਕਰਾਈ, ਉਹਨੂੰ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਹੈਗਾ ਵਾ ਤਾਂ ਮੈਂ ਐਮਰਜੈਂਸੀ ਮੈਂ ਜਾਣਾ, ਕਿਉਂਕਿ ਸਾਡਾ ਬਾਜ਼ਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਜਿਹੜੇ ਹੈਗੇ ਬਾਹਰੋਂ ਆਉਂਦੇ ਹੈਗੇ ਆ, ਹਿਮਾਚਲ ਤੋਂ ਕੋਈ ਕਿਤੇ ਉਹ ਆਉਂਦਾ ਹੈਗਾ, ਤਾਂ ਸਾਡੇ ਹੁਸ਼ਿਆਰਪੁਰ ਦਾ ਕੰਮ ਜ਼ਿਆਦਾਤਰ ਮੋਸਟਲੀ ਹਿਮਾਚਲ ਸਿਰ 'ਤੇ ਹੈਗਾ ਵਾ, ਉਹ ਵਪਾਰੀ ਆਉਂਦੇ ਹੈਗੇ ਬਾਹਰੋਂ ਆਉਂਦੇ ਕੰਮ ਕਰਵਾਉਂਦੇ ਚੱਲ ਜਾਂਦੇ ਹੈਗੇ। ਉਸ ਦੌਰਾਨ ਦੇ ਇਹਨੂੰ ਲੱਗਾ ਕਿ ਸ਼ਾਇਦ ਕੋਈ ਵਪਾਰੀ ਹੋਊਗਾ, ਉਹਨੇ ਅੰਦਰ ਟੰਚ ਲਾ ਸਕਿਨ ਟੈਸਟ ਕਰਨ ਵਾਸਤੇ ਅੰਦਰ ਗਿਆ ਤਾਂ ਪਿੱਛੋਂ ਦੇ ਉੱਤੇ ਹਮਲਾ ਹੋ ਗਿਆ, ਹਮਲੇ ਉਸ ਤੋਂ ਬਾਅਦ ਉਹਨੂੰ ਬੰਨਿਆ ਗਿਆ, ਔਰ ਇਹ ਜੋ ਉਸਨੂੰ ਸਟੋਰੀ ਸੁਣਨ 'ਚ ਮਿਲੀ ਸੀਗੀ। ਮੈਂ ਤੁਰੰਤ ਅਮਰਨਾਥ ਜੀ ਨੂੰ ਫੋਨ ਕੀਤਾ ਤੇ ਇਹ ਵਿਦਨ ਮੈਂ ਕਿਹਾ 10-15 ਮਿੰਟ ਦੇ ਵਿੱਚ ਇੱਥੇ ਆਪਣੇ ਪਹੁੰਚ ਗਏ ਸੀਗੇ। ਕਿੰਨੀ ਕਿਲੋ ਦੱਸੀ ਜਾ ਰਹੀ? ਇਹ ਜੋ ਦੱਸ ਰਿਹਾ ਹੈਗਾ ਵਾ ਉਹ ਕਹਿੰਦਾ ਕਿਲੋ ਕੁ ਸੋਨਾ ਦੱਸ ਰਿਹਾ ਵਾ, ਉਹ 23-24 ਲੱਖ ਰੁਪਏ ਦੇ ਕੈਸ਼ ਦੱਸ ਰਿਹਾ ਹੈਗਾ ਵਾ, ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈਗਾ ਵਾ ਉਹ ਸੋਨੇ ਰਿਲੇਟਡ ਹੈਗਾ ਵਾ। ਕੈਸ਼ ਮੈਂ ਤਾਂ ਉਹਦੇ ਕੀ ਕਰ ਹੁੰਦਾ ਕਿ ਐਕਚੁਲੀ ਇਹਨਾਂ ਕੋਲ ਲਈ ਵੇਚੀ ਕਰਨ ਵਾਸਤੇ ਲੋਕ ਆਉਂਦੇ ਹੈਗੇ ਆ, ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡਾ ਜਾਂ ਅਸੀਂ ਲੋਕ ਵੀ ਹੈਗੇ ਹਾਂ, ਸਾਨੂੰ ਜੇ ਸੋਨਾ ਵੇਚਣ ਦੀ ਲੋੜ ਪੈਂਦੀ ਸੀ ਇਹਨਾਂ ਲੋਕਾਂ ਕੋਲੋਂ ਸੋਨਾ ਲਈ ਵਿੱਚ ਕਈ ਕਰ ਲੈਂਦੇ ਹੈਗੇ ਆ। ਅਦਰਵਾਈਜ਼ ਸ਼ੋਪ ਦੇ ਓਨਰ ਵੀ ਹੈਗੇ? ਸ਼ੋਪ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਵਾ। ਅੱਛਾ, ਇਹ ਸਾਰੇ ਵਰਕਰ ਹੀ ਸੀ? ਇਹ ਵਰਕਰ ਸੀ ਉਹਨਾਂ ਦੇ, ਕਿਉਂਕਿ ਐਕਚੁਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਆ ਉਹ ਐਕਚੁਲੀ ਇਹ ਦੱਸਦੇ ਪ੍ਰੋਪਰ ਸਾਨੂੰ ਤਾਂ 23-24 ਲੱਖ ਦੱਸਿਆ ਨੇ ਕਿ 23-24 ਲੱਖ ਪਿਆ ਵਾ ਸੀਗਾ ਤਾਂ ਕਿਲੋ ਸੋਨਾ ਸੀ ਮੇਰਾ ਭਾਈ ਸਾਹਿਬ, ਤਾਂ ਪਿੰਡੋਂ ਮੈਨੂੰ ਉਹਨਾਂ ਦਾ ਫੋਨ ਆਇਆ ਸੀਗਾ, ਉਹ ਮਾਲਕ ਕਾਫੀ ਰੋ ਰਿਹਾ ਸੀਗਾ, ਕਹਿੰਦਾ ਮੇਰੀ ਜ਼ਿੰਦਗੀ ਭਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈਗੀ ਆ, ਮੈਂ ਉਸੇ ਸਹਾਰੇ 'ਤੇ ਇੱਥੇ ਆਇਆ ਸੀ ਮਹਾਰਾਸ਼ਟਰ ਤੋਂ, ਔਰ ਅੱਜ ਉਹ ਕਹਿੰਦਾ ਮੈਂ ਖਾਲੀ ਹੋ ਚੁੱਕਾ ਵਾਂ। ਸੁਨਹਿਰਾ ਬਾਜ਼ਾਰ ਹੁਸ਼ਿਆਰਪੁਰ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ 10:15 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚ ਹੈਗਾ ਇਹਨਾਂ ਦਾ ਸੋਨਾ ਜਿਹੜਾ ਟੈਸਟ ਕਰਦੇ ਆ, ਇਹਨਾਂ ਦੀ ਦੁਕਾਨ ਦੇ ਉੱਤੇ 2 ਬੰਦੇ ਆਏ, ਸਾਡਾ ਸਮਾਨ ਜਿਹੜਾ ਆ ਇਹ ਜੋਰੀ ਦੇ ਵਿੱਚੋਂ ਸਾਨੂੰ ਹੱਥ ਪੈਰ ਬੰਨ ਕੇ ਅਤੇ ਚੋਰੀ ਕਰਕੇ ਲੈ ਗਏ ਆ, ਅਤੇ ਇਹ ਅਸੀਂ ਮੌਕੇ 'ਤੇ ਉਦੋਂ ਹੀ ਤੁਰੰਤ ਹੀ ਫੋਨ ਕਰਨ 'ਤੇ ਅਸੀਂ ਮੌਕੇ 'ਤੇ ਪਹੁੰਚ ਗਏ, ਮੌਕੇ 'ਤੇ ਆ ਕੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਡੂੰਘਾਈ ਦੇ ਵਿੱਚ ਪੁੱਛਗਿੱਛ ਕਰ ਰਹੇ ਹਾਂ ਇਸ ਸੰਬੰਧੀ ਕੀ ਵਾਰਦਾਤ ਹੋਈ ਹੈ, ਕੀ ਗੱਲ ਆ, ਕੀ ਬਾਤ ਆ, ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ਼ ਜਿਹੜਾ ਆ ਇੱਥੋਂ ਨਾਮਲੂ ਬੰਦੇ ਲੈ ਗਏ। ਅਪਰੋਕਸੀਮੇਟਲੀ ਕਿੰਨਾ ਸੋਨਾ ਚਾਂਦੀ ਦੱਸ ਰਹੇ? ਇਹ ਸੋਨਾ ਦੱਸ ਰਿਹਾ ਵੀ ਸਾਡਾ 1 ਕਿਲੋ ਸੋਨਾ 23 ਲੱਖ ਰੁਪਏ ਆ,
ਤੇ 7 ਕਿਲੋ ਚਾਂਦੀ ਦੱਸ ਰਹੇ ਆ। ਲੇਕਿਨ ਅਸੀਂ ਇਹਨਾਂ ਨੂੰ ਇਸ ਸੰਬੰਧੀ ਸਾਨੂੰ ਇਹ ਸਸਪੀਸ਼ੀਅਸ ਲੱਗਦਾ ਮਾਮਲਾ, ਅਸੀਂ ਇਹਨੂੰ ਡੂੰਘਾਈ ਦੇ ਵਿੱਚ ਅਸੀਂ ਪੁੱਛਗਿੱਛ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਣੀ। ਸਰ 1 ਕਿਲੋ ਸੋਨਾ ਵੀ ਮੰਨ ਲਿਆ, ਚਾਂਦੀ ਵੀ ਮੰਨ ਲਈ, ਪਰ ਜਿਹੜਾ 23 ਲੱਖ ਰੁਪਏ ਕਹਿੰਦੇ 23 ਲੱਖ ਰੁਪਏ ਕੈਸ਼ ਇੱਥੇ ਇਹਨਾਂ ਤੋਂ, ਇਸ ਸੰਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਇਸ ਸੰਬੰਧੀ ਕੋਈ ਵੀ ਪੇਸ਼ ਨਹੀਂ ਕਰ ਸਕੇ। ਅਸੀਂ ਮਾਮਲਾ ਸ਼ੱਕੀ ਜਾਪਦਾ, ਇਹਨੂੰ ਅਸੀਂ ਡੂੰਘਾਈ 'ਚ ਤਫਤੀਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ। ਸਰ ਦੂਸਰੇ ਪਾਸੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕਹਿੰਦੇ ਕੋਈ ਬੰਨ ਬੁੰਨ ਕੇ ਉਹ ਕਿਵੇਂ ਦੱਸ ਸਕਦੇ? ਉਹ ਸਾਰੀ ਤਫਤੀਸ਼ ਕਰ ਰਹੇ ਹਾਂ ਡੂੰਘਾਈ ਦੇ ਵਿੱਚ, ਕੁਛ ਸਸਪੀਸ਼ੀਅਸ ਵੀ ਹੋ ਸਕਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਿਟੇਲ 'ਚ। ਤਫਤੀਸ਼ ਕਰ ਰਹੇ ਹਾਂ ਕੀ ਮਾਮਲਾ ਹੈ।